ਸ਼ਿਕਾਲ ਜੀ ਸਾਰਿਆਂ ਨੂੰ ਉਹ ਸਾਰੇ ਕਿਵੇਂ ਆ ਸੋ ਅੱਜ ਅਸੀਂ ਆਏ ਹੋਏ ਸੀ ਵਿੰਡਸਰ ਆਲਮੋਸਟ 4 ਘੰਟੇ ਲੱਗ ਜਾਂਦੇ ਆ ਇੱਥੇ ਤੱਕ ਆਉਣ ਨੂੰ ਸੋ ਅਸੀਂ ਇੱਥੇ ਕਿਸੇ ਕੰਮ ਆਏ ਹੋਏ ਸੀ ਸੋ ਅਸੀਂ ਸੋਚਿਆ ਕਿ ਤੁਹਾਨੂੰ ਵੀ ਵਿੰਡਸਰ ਦਾ ਟੂਰ ਕਰਵਾਇਆ ਜਾਵੇ ਤੇ ਦਿਖਾਇਆ ਜਾਵੇ ਕਿ ਵਿੰਡਸਰ ਬ੍ਰੈਂਪਟਨ ਨਾਲੋਂ ਬੈਟਰ ਹੈਗਾ ਕਿ ਨਹੀਂ ਹੈਗਾ ਕੀ ਚੀਜ਼ਾਂ ਇੱਥੇ ਚੀਪ ਆ ਕੀ ਪ੍ਰਾਈਸ ਦਾ ਫਰਕ ਆ ਹਾਊਸ ਰੈਂਟਿੰਗ ਕਿਵੇਂ ਆ ਸਾਰੀਆਂ ਚੀਜ਼ਾਂ ਤੁਹਾਨੂੰ ਅੱਜ ਅਸੀਂ ਅੱਜ ਦੇ ਵਲੌਗ ਦੇ ਵਿੱਚ ਦੱਸਾਂਗੇ ਸੋ ਜੁੜੇ ਰਹੋ हाँ जी सत श्री अकाल जी सारे नु की हाल चाल है उम्मीद करदा सारे वधिया होंगे सो अज आपां आए हुए सी विंडसर जिवें तुहानू पवन ने दस ही दिता ब्रैम्पटन तो 4 घंटिया का रास्ता हैगा विंडसर सो ये बिल्कुल बॉर्डर ते आ इस तो अगला शहर अमेरिका का पैंदा डिट्रॉयट ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਵਿੰਡਸਰ ਤੇ ਅਮਰੀਕਾ ਚ ਕਿੰਨਾ ਫਰਕ ਆ ਸਿਰਫ ਸੈਂਟਰ ਦੇ ਵਿੱਚ ਇੱਕ ਰਿਵਰ ਆਉਂਦੀ ਆ ਇਹ ਵਾਲੀ ਰਿਵਰ ਆਉਂਦੀ ਆ ਠੀਕ ਆ ਸਿਰਫ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਹੈਗਾਗਾ ਡਿਟਰੋਇਟ ਸ਼ਹਿਰ ਲਾਈਕ ਉਹ ਡਿਟਰੋਇਟ ਦੀ ਬਿਲਡਿੰਗਸ ਆ ਤੇ ਕਿ ਸਿਰਫ ਰਿਵਰ ਹੀ ਆ ਦੋਨਾਂ ਦੇ ਵਿੱਚ ਲੀ ਸਾਈਡ ਰਹਿ ਜਾਂਦਾ ਅਮਰੀਕਾ ਇਸ ਸਾਈਡ ਰਹਿ ਜਾਂਦਾ ਕੈਨੇਡਾ ਤੇ ਉਹ ਜਿਹੜਾ ਹੈਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਬ੍ਰਿਜ ਜਿਹੜਾ ਦੋਨਾਂ ਨੂੰ ਕਨੈਕਟ ਕਰਦਾ ਠੀਕ ਆ तो आप तुम्हें दिखाने ये जो सारिया बिल्डिंग्स तुम देख रहे हो ये सारिया डिट्रॉयट दी बिल्डिंग्स ने एंड और जो शिप आ सुन च ये आया कि वह तेल तूल की ढोआ ढोआई करता इधर इधर उधर चलता काफ़ी वड्डा शिप आ तो वो जड़िया सामने जड़िया बिल्डिंग्स देख रहे हो वो GMC मोटर दियाँ है कहा जाता कि किसी टाइम के कंपनी काफ़ी घाटे चली गई सी ये GMC दी गड्डियां बना फोर्ड दी गड्डियां कहिंदे फिर इन रतन टाटा ने इनू जैगुआर जी बेची सी तो फिर यह गड्डिया मतलब कि कंपनी काफ़ी प्रॉफिट के आई आ शहर लाइक उन्ना डिवेलप्ड शहर नहीं आप कह सकते जिन्ना ब्रैम्पटन ते टोरंटो हैगे ने ते हुण आप गल करदे आ कि हाउस रेंटिंग की रेंटिंग इत्थे थोड़ी जी सस्ती हैगी एज कंपेयर टू ब्रैम्पटन जेकर तुसी उत्थे बेसमेंट आ कोई अपन सिंगल बैडरूम बेसमेंट जिवें $1200 की मिलती है सो इत्थे तुहानू $600 दे विच अपना रेंटिंग मिल जाती है ना बैडरूम हो गया सो बेसिकली जिहड़े विंडसर दे विच घरां दा प्राइस घट आ ते घरां दे प्राइस घट होण दे करके ऑबवियस आ कि जिहड़ा रेंट वी आ ओह घट होऊगा सो इत्थे लाइक जे नवें आए आ तां जे तुसी इत्थे घर बाय कर लैंदे हो तां ओह बैटर रहिंदा वा क्योंकि तुहाडे उत्ते इन्नी स्ट्रेस वी नहीं पैंदी है ना मॉर्गेज दी जां होर चीज़ां दी क्योंकि घरां दा प्राइस जिहड़ा वा ਉਹ ਘਟਾ ਐਸ ਕੰਪੇਅਰ ਟੂ ਬ੍ਰੈਂਪਟਨ ਹਾਂ ਕਿਉਂਕਿ ਮੈਂ ਤੁਹਾਨੂੰ ਇੱਕ ਮੋਟਾ ਆਈਡੀਆ ਹੀ ਦੱਸਦਾ ਜਿਹੜਾ ਮਿਲੀਅਨ ਦਾ ਘਰ ਆ ਉੱਥੇ 5 ਲੱਖ ਦਾ ਘਰ ਹੈਗਾ ਸੋ ਇਹ ਤਾਂ ਹੈਗਾ ਕਿ ਹਾਊਸ ਬਾਰੇ ਹਨਾ ਕਿ ਹਾਊਸ ਮਾਰਕੀਟ ਬਾਰੇ ਕਿਉਂਕਿ ਹਾਊਸ ਮਾਰਕੀਟ ਦੀਆਂ ਸਾਰੀ ਗੱਲਾਂ ਕਰਦੇ ਇਦਾਂ ਕਿਉਂਕਿ ਅੱਜ ਕੱਲ ਇੱਕ ਹਾਊਸ ਮਾਰਕੀਟ ਹੀ ਆ ਨਾ ਜਿੱਥੇ ਲੋਕ ਇਨਵੈਸਟ ਕਰਦੇ ਆ ਤੇ ਸਭ ਤੋਂ ਮੇਨ ਚੀਜ਼ ਬਣੀ ਹੋਈ ਜਿਵੇਂ ਇੰਡੀਆ ਦੇ ਵਿੱਚ ਜ਼ਮੀਨ ਹੁੰਦੀ ਆ ਇੱਥੇ ਹਾਊਸ ਮਾਰਕੀਟ ਚੱਲਦੀ ਆ ਸੋ ਗੱਲ ਕਰਦੇ ਹਨਾ ਕਿ ਆਪਣੇ ਇੰਸ਼ੋਰੈਂਸ ਦੀ ਇੰਸ਼ੋਰੈਂਸ ਜਿਹੜੀ ਆ ਜ਼ਰੂਰ ਸਸਤੀ ਹੈਗੀ ਆ ਇੱਥੇ ਜੇ ਆਪਾਂ ਬ੍ਰੈਂਪਟਨ ਦੇ ਵਿੱਚ ਆਪਾਂ $400 ਪੇ ਕਰ ਰਹੇ ਹਾਂ $300 ਪੇ ਕਰ ਰਹੇ ਹਾਂ ਤਾਂ ਇੱਥੇ $200-$250 ਨਵੇਂ ਡਰਾਈਵਰ ਦੀ ਹੈਗੀ ਆ ਅਤੇ ਉਸ ਤੋਂ ਬਾਅਦ ਘੱਟ ਜਾਂਦੀ ਆ ਹਨਾ ਜਦੋਂ ਤੁਹਾਡਾ ਐਕਸਪੀਰੀਅੰਸ ਹੋ ਜਾਂਦਾ ਸੋ ਦੇਖ ਲਓ ਇਹ ਵੀ ਦੂਜਾ ਡਿਫਰੈਂਸ ਆ ਗਿਆ ਥਰਡ ਡਿਫਰੈਂਸ ਆ ਗਿਆ ਕਿ ਗਰੋਸਰੀ ਕਿ ਗਰੋਸਰੀ ਦੇ ਪ੍ਰਾਈਸ ਦੇ ਵਿੱਚ ਵੀ ਕਾਫੀ ਡਿਫਰੈਂਸ ਹੈਗਾ ਗਰੋਸਰੀ ਇੱਥੇ ਸਸਤੀ ਆਗੀ ਇਹਨਾਂ ਨੇ ਨਾ ਇੱਕ ਚੀਜ਼ ਤੁਸੀਂ ਉਹ ਮੈਂ ਤੁਹਾਨੂੰ ਪਹਿਲਾਂ ਵਾਲੇ ਵਿਊ 'ਚ ਵੀ ਦੇਖਿਆ ਹੋਣਾ ਕਿ ਇਹਨਾਂ ਨੇ ਨਾ ਜਿਹੜੇ ਆ ਫਲੈਗ ਆ ਇਹ ਥੋੜੇ ਜਿਹਾ ਡਾਊਨ ਕੀਤੇ ਹੋਏ ਆ ਇਹ ਕਿਉਂ ਡਾਊਨ ਕੀਤੇ ਹੋਏ ਆ ਮੈਂ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਦਾ ਹਨਾ ਇੱਥੇ ਕੀ ਸੀਗਾ ਕਿ ਨਾ ਰੈਜ਼ੀਡੈਂਸ ਸਕੂਲ ਕਹਿੰਦੇ ਆ ਹਨਾ ਸੁਣਿਆ ਹੋਊਗਾ ਤੁਸੀਂ ਵੈਸੇ ਕਾਫੀ ਉਹਨੂੰ ਪਤਾ ਹੋਊਗਾ ਕੀ ਹੋਇਆ ਸੀਗਾ ਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਪਹਿਲਾਂ ਦੇ ਕੈਨੇਡੀਅਨ ਹਨਾ ਤੇ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਸਕੂਲਾਂ 'ਚ ਪਾਇਆ ਗਿਆ ਸੀ ਐਕਚੁਅਲ ਦੇ ਵਿੱਚ ਮੈਂ ਸਟੋਰੀ ਤੁਹਾਨੂੰ ਪ੍ਰੋਪਰ ਦੱਸਦਾ ਹਾਂ ਨਾ ਕਿ ਜਦੋਂ 15ਵੀਂ ਸਦੀ ਦੇ ਵਿੱਚ ਇੱਥੇ ਬਾਹਰਲੇ ਆਏ ਸੀਗੇ ਨਾ ਇਟਲੀ ਤੋਂ ਕੋਈ ਬੰਦਾ ਪਹਿਲਾਂ ਆ ਗਿਆ ਸੀਗਾ ਇੱਥੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਕੈਨੇਡਾ ਦੀ ਖੋਜ ਕੀਤੀ ਸੀਗੀ ਫਿਰ ਹੌਲੀ ਹੌਲੀ ਲੋਕ ਆਈ ਗਏ ਤੇ ਉਹਨਾਂ ਨੇ ਸੋਚਿਆ ਕਿ ਜਿਹੜੇ ਇੱਥੋਂ ਦੇ ਮੂਲ ਲੋਕ ਨਿਵਾਸੀ ਹੈਗੇ ਆ ਹਨਾ ਉਹਨਾਂ ਨੂੰ ਵੀ ਉਹਨਾਂ ਦਾ ਮਤਲਬ ਕਿ ਜਿਹੜਾ
ਕਹਿ ਲਾ ਜੱਦੀ ਧਰਮ ਸੀਗਾ ਉਹਨੂੰ ਛਡਾ ਕੇ ਉਹਨਾਂ ਨੂੰ ਪਰਿਵਰਤਨ ਕਰਨ ਜਾਂਦਾ ਸੀ ਈਸਾਈ ਧਰਮ ਤੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਲੈਂਗੁਏਜ ਹੈ ਜਿਹੜੀ ਤੁਸੀਂ ਉਹਨਾਂ ਦੀ ਨਹੀਂ ਬੋਲਣੀ ਇੰਗਲਿਸ਼ ਜਾਂ ਫ੍ਰੈਂਚ ਬੋਲਣੀ ਹੈ ਲੇਕੋ ਈਸਾਈ ਧਰਮ ਦਾ ਰਾਜ ਇੱਥੇ ਕਰਵਾਉਣਾ ਚਾਹੁੰਦੇ ਸੀਗੇ ਜਿਵੇਂ ਆਪਾਂ ਕਹਿ ਦਈਏ ਕਿ ਜਦੋਂ ਇੰਡੀਆ ਜਿਹੜਾ ਸੀ ਅੰਗਰੇਜ਼ਾਂ ਦੇ ਹੱਥ ਆਇਆ ਸੀਗਾ ਤੇ ਉੱਥੇ ਵੀ ਬਹੁਤ ਜ਼ਿਆਦਾ ਜਿਹੜੇ ਸੀਗੇ ਜ਼ੁਲਮ ਹੋਏ ਸੀਗੇ ਸੋ ਸੇਮ ਜ਼ੁਲਮ ਜਿਹੜੇ ਸੀਗੇ ਉਹ ਇੱਥੋਂ ਦੇ ਬੱਚਿਆਂ ਦੇ ਨਾਲ ਹੋਏ ਸੀਗੇ ਮੂਲ ਨਿਵਾਸੀ ਹੈਗੇ ਆ ਉਹਨਾਂ ਨੂੰ ਇੰਡੀਅਨ ਇੰਡੀਅਨ ਪੀਪਲ ਕਹਿੰਦੇ ਨੇ ਇੰਡੀਆਨਾ ਜਾਂ ਇੰਡੀਅਨ ਮੈਨੂੰ ਨਹੀਂ ਪਤਾ ਮੈਂ ਪ੍ਰੋਨਾਊਂਸ ਸਹੀ ਕਰ ਰਿਹਾ ਕਿ ਨਹੀਂ ਹੈ ਨਾ ਅਤੇ ਉਹਨਾਂ ਨੂੰ ਕੀ ਕੀਤਾ ਗਿਆ ਸੀ ਫਿਰ ਵਿੱਚ ਗੌਰਮੈਂਟ ਰਲ ਗਈ ਸੀਗੀ ਉਹਨਾਂ ਨੇ ਇੱਕ ਸਕੂਲ ਸੈਟਅਪ ਕੀਤੇ ਸੀਗੇ ਹੈ ਨਾ ਜਿੱਥੇ ਉਹਨਾਂ ਦੇ ਬੱਚਿਆਂ ਨੂੰ ਫੜ ਫੜ ਕੇ ਲਿਆਂਦਾ ਜਾਂਦਾ ਸੀਗਾ ਕੈਦ ਕੀਤਾ ਜਾਂਦਾ ਸੀਗਾ ਅਤੇ ਉਹਨਾਂ ਨੂੰ ਜੱਦੀ ਉਹਨਾਂ ਨੂੰ ਈਸਾਈ ਧਰਮ ਪੜ੍ਹਾਇਆ ਜਾਂਦਾ ਸੀਗਾ ਠੀਕ ਆ ਅਤੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਜਾਂਦਾ ਸੀ ਆਪਦੇ ਮਾਂ ਪਿਓ ਕੋਲ ਹੈ ਨਾ ਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਸੀਗਾ ਕਿ ਜੇਕਰ ਅਸੀਂ ਉਹਨਾਂ ਦੀ ਨਿਊ ਜਨਰੇਸ਼ਨ ਆ ਉਹਨਾਂ 'ਤੇ ਅਸੀਂ ਕਾਬੂ ਪਾ ਲਈਏ ਹੈ ਨਾ ਉਹਨਾਂ ਨੂੰ ਅਸੀਂ ਈਸਾਈ ਧਰਮ ਦੇ ਵਿੱਚ ਪਰਿਵਰਤਨ ਕਰਵਾ ਦਈਏ ਅਤੇ ਆਪਣੀ ਲੈਂਗੁਏਜ਼ ਕਰ ਦਈਏ ਜਿੱਥੇ ਈਸਾਈਆਂ ਦਾ ਰਾਜ ਹੋਜੂਗਾ ਅਤੇ ਉਹ ਜਿਹੜੇ ਸਕੂਲ ਸੀਗੇ ਉਹ ਸਕੂਲਾਂ ਨੂੰ ਫੰਡਿੰਗ ਗੌਰਮੈਂਟ ਕਰਦੀ ਸੀਗੀ ਕਿਤੇ ਨਾ ਕਿਤੇ ਗੌਰਮੈਂਟ ਦਾ ਵੀ ਇਸ ਚੀਜ਼ ਦੇ ਵਿੱਚ ਹੱਥ ਸੀਗਾ ਸੋ ਹੁਣ ਕਾਫੀ ਟਾਈਮ ਪੈਣ ਤੋਂ ਬਾਅਦ ਹੈ ਨਾ ਉਸ ਟਾਈਮ ਕਿਹੜਾ ਚਲੋ ਕੋਈ ਇੱਦਾਂ ਦਾ ਕੈਮਰਾ ਵਗੈਰਾ ਜਾਂ ਕਿਸੇ ਨੂੰ ਕੁਛ ਪਤਾ ਲੱਗਦਾ ਹੁੰਦਾ ਸੀਗਾ ਕਿ ਉਹਨਾਂ ਦੇ ਬੱਚੇ ਕਿੱਥੇ ਗਏ ਪਰ ਉਹਨਾਂ ਦੇ ਵਿੱਚ ਉਹ ਸਕੂਲਾਂ ਦੇ ਵਿੱਚ ਜਿਹੜੇ ਕੁਛ ਕੁ ਬੰਦੇ ਪੜ੍ਹੇ ਹੋਏ ਆ ਜਿਨ੍ਹਾਂ ਦੀ ਅੱਜ ਉਮਰ 70-80-90 ਸਾਲ ਆ ਹੈ ਨਾ ਉਹਨਾਂ ਦੀ ਇੰਟਰਵਿਊ ਲਈ ਗਈ ਅਤੇ ਉਹਨਾਂ ਤੋਂ ਪਤਾ ਲੱਗਿਆ ਕਿ ਉਹਨਾਂ 'ਤੇ ਕਿੰਨਾ ਜ਼ੁਲਮ ਹੋਇਆ ਸੀਗਾ ਅਤੇ ਇਹ ਗੱਲ ਉਦੋਂ ਬਾਹਰ ਆਈ ਜਦੋਂ ਹੁਣ ਉਹਨਾਂ ਦੇ ਉਹਨਾਂ ਨੂੰ ਜਨਮ ਕੇ ਜਿਹੜੇ ਬੱਚੇ ਮਰ ਜਾਂਦੇ ਸੀਗੇ ਹੈ ਨਾ ਉਹਨਾਂ ਨੂੰ ਜਾਂ ਕਈਆਂ ਨੂੰ ਮਾਰਿਆ ਗਿਆ ਸੀਗਾ ਕਈ ਮਰ ਗਏ ਸੀਗੇ ਅਤੇ ਉਹਨਾਂ ਨੂੰ ਉੱਥੇ ਨੱਪਿਆ ਗਿਆ ਸੀਗਾ ਅਤੇ ਹੁਣ ਜਿਹੜੇ ਉਹ ਰੈਜੀਡੈਂਸ ਸਕੂਲ ਆ ਉਹ ਵੈਸੇ ਤਾਂ ਕਲੋਜ਼ ਆ ਨਾ ਅਤੇ ਉਹ ਜਿਹੜੇ ਬੱਚੇ ਸੀਗੇ ਉਹਨਾਂ ਦੇ ਸ਼ਵ ਮਿਲ ਰਹੇ ਆ ਹੁਣ ਕਿਤੇ ਵੈਨਕੂਵਰ ਦੇ ਵਿੱਚੋਂ 250 ਮਿਲਿਆ ਕਿਤੇ ਹਰ ਇੱਕ ਸਿਟੀ ਦੇ ਵਿੱਚੋਂ ਜਿਸ ਕਰਕੇ ਜਿਹੜੇ ਫਲੈਗ ਆ ਹੈ ਨਾ ਉਹ ਡਾਊਨ ਕੀਤੇ ਗਏ ਆ PM ਸੀਗਾ ਉਹਨੇ ਉਸ ਦੇ ਲਈ ਸੌਰੀ ਫੀਲ ਕੀਤਾ ਸੀਗਾ ਹੈ ਨਾ ਕਿ ਵੀ ਪਹਿਲਾਂ ਇੱਥੇ ਇਹ ਜ਼ੁਲਮ ਹੋਇਆ ਅਤੇ ਹੁਣ ਫਿਰ ਟਰੂਡੋ ਨੇ ਵੀ ਇਸ ਚੀਜ਼ ਦੇ ਲਈ ਸੌਰੀ ਫੀਲ ਕੀਤੀ ਆ ਕਿਉਂਕਿ ਪਤਾ ਹੀ ਹੋਣ ਲੱਗਿਆ ਉਸ ਟਾਈਮ ਪਹਿਲਾਂ ਨਹੀਂ ਸੀਗਾ ਪਤਾ ਇਸ ਚੀਜ਼ ਬਾਰੇ ਹੁਣ ਉਹ ਸ਼ਬ ਲਗਾਤਾਰ ਮਿਲ ਰਹੇ ਜਿੰਨੇ ਵੀ ਉਹ ਸਕੂਲ ਸੀ ਰੈਜੀਡੈਂਟ ਸਕੂਲ ਸੀ ਉਹਨਾਂ ਦੇ ਹਰ ਇੱਕ ਸਕੂਲ ਦੇ ਕੋਲੋਂ ਉਹ ਸ਼ਬ ਕੰਟੀਨਿਊ ਮਿਲੀ ਜਾ ਰਹੇ ਆ ਹੈ ਨਾ ਬਾਇਓਗ੍ਰਾਫੀ ਜਿਹੜੀ ਦੇਖੀ ਸੀਗੀ ਜਿਹਦੇ 'ਚ ਉਹਨਾਂ ਦੀ ਇੰਟਰਵਿਊ ਵੀ ਆਈ ਸੀਗੀ ਜਿਹੜੇ ਉਹ ਸਕੂਲ ਦੇ ਵਿੱਚ ਪੜ੍ਹੇ ਸੀ ਉਹ ਦੱਸਦੇ ਸੀਗੇ ਕਿ ਉਹਨਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀ ਉਹਨਾਂ ਦੇ ਹਰਾਸ਼ਮੈਂਟ ਕੀਤੀ ਜਾਂਦੀ ਸੀਗੀ ਉਹਨਾਂ 'ਤੇ ਕਰੰਟ ਲਾਇਆ ਜਾਂਦਾ ਸੀ ਉਹਨਾਂ 'ਤੇ ਪਾਬੰਦੀ ਸੀਗੀ ਕਿ ਉਹਨਾਂ ਨੇ ਆਪਣੀ ਜਿਹੜੀ ਲੈਂਗੁਏਜ਼ ਆ ਉਹ ਬਿਲਕੁਲ ਨਹੀਂ ਬੋਲਣੀ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਉਹਨਾਂ ਨੂੰ ਪਰਿਵਰਤਨ ਉਹਨਾਂ 'ਤੇ ਕੀਤਾ ਜਾਂਦਾ ਸੀਗਾ ਸੋ ਇਸ ਕਰਕੇ ਹੁਣ ਜਿਹੜੇ ਫਲੈਗ ਆ ਇਹ ਉਹਨਾਂ ਨੇ ਡਾਊਨ ਕੀਤੇ ਹੋਏ ਆ ਸੋ ਮੈਨੂੰ ਲੱਗਦਾ ਸਟੋਰੀ ਕਾਫੀ ਲੰਬੀ ਹੋ ਗਈ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੋਪਫੁਲੀ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜੂਗਾ ਨੈਕਸਟ ਆਪਾਂ ਗੱਲ ਕਰਦੇ ਹਾਂ ਜੋਬ ਓਪਰਚੁਨਿਟੀਜ਼ ਦੇ ਲਈ ਕਿ ਬ੍ਰੈਂਪਟਨ 'ਚ ਜ਼ਿਆਦਾ ਜੋਬਸ ਆ ਜਾਂ ਵਿੰਡਸਰ ਦੇ ਵਿੱਚ ਆ ਜਿਵੇਂ ਕਿ ਹੁਣ ਇੱਥੇ ਸੈਂਟ ਕਲੇਅਰ ਕਾਲਜ ਆ ਅਤੇ ਜਿੰਨੇ ਵੀ ਬੱਚੇ ਇੱਥੇ ਪੜ੍ਹਦੇ ਸੀਗੇ ਕਿਉਂਕਿ ਕੋਵਿਡ ਦੇ ਕਾਰਨ ਔਨਲਾਈਨ ਕਲਾਸਿਸ ਲੱਗ ਰਹੀਆਂ ਸੀਗੀਆਂ ਅਤੇ ਹੁਣ ਉਹ ਸਾਰੇ ਜਿਹੜੇ ਸੀਗੇ ਉਹ ਬ੍ਰੈਂਪਟਨ ਰਹਿਣ ਲੱਗ ਗਏ ਅਤੇ ਉੱਥੇ ਮਤਲਬ ਆਪਦੀਆਂ ਜੋਬਸ ਕਰ ਰਹੇ ਆ ਉੱਥੇ ਪਾਰਟ ਟਾਈਮ ਕੰਮ ਕਰ ਰਹੇ ਆ ਕਿਉਂਕਿ ਕਲਾਸਿਸ ਤਾਂ ਔਨਲਾਈਨ ਲੱਗ ਰਹੀਆਂ ਬਸ ਜਿਹੜੀ ਜੋਬ ਓਪਰਚੁਨਿਟੀਜ਼ ਆ ਉਹ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਵਾ ਐਜ਼ ਕੰਪੇਅਰ ਟੂ ਵਿੰਡਸਰ ਅਤੇ ਇੱਕ ਚੀਜ਼ ਹੋਰ ਹੈ ਨਾ ਵੀ ਜਿਹੜੇ ਡਿਟਰੋਇਟ ਰਹਿੰਦੇ ਆ ਕਿ ਜੇਕਰ ਤੁਸੀਂ PR ਹੋ ਗਏ ਹੋ ਅਤੇ ਵਿੰਡਸਰ ਸੌਰੀ ਮੇਰੇ ਦਿਮਾਗ 'ਚ ਡਿਟਰੋਇਟ ਹੀ ਨਿਕਲਦਾ ਕਿ ਜਿਹੜੇ ਵਿੰਡਸਰ ਰਹਿ ਰਹੇ ਨੇ ਹੈ ਨਾ ਜਿਨ੍ਹਾਂ ਕੋਲ PR ਅਤੇ ਇੱਥੋਂ ਦੀ ਸਿਟੀਜ਼ਨਸ਼ਿਪ ਆ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਡਿਟਰੋਇਟ ਕੰਮ ਕਰਦੇ ਆ ਅਮੈਰੀਕਾ ਦੇ ਵਿੱਚ ਕੁਝ ਕੰਪਨੀਆਂ ਹੈਗੀਆਂ ਉਹ ਅਲਾਓ ਕਰ ਦਿੰਦੀਆਂ ਹੈ ਨਾ ਕਿ ਤੁਹਾਡੇ ਕੋਲ ਵਰਕ ਪਰਮਿਟ ਤੁਹਾਨੂੰ ਇਸ਼ੂ ਕਰ ਦਿੰਦੀਆਂ ਜਿਸ ਕਰਕੇ ਤੁਸੀਂ ਕੰਮ ਡਿਟਰੋਇਟ ਕਰ ਸਕਦੇ ਹੋ ਅਮੈਰੀਕਾ ਦੇ ਵਿੱਚ ਪਰ ਰਹਿ ਤੁਸੀਂ ਵਿੰਡਸਰ ਸਕਦੇ ਹੋ ਸੋ ਬਹੁਤ ਲੋਕ ਜਿਹੜੇ ਆ ਸ਼ਾਪਿੰਗ ਕਰਨ ਵੀ ਡਿਟਰੋਇਟ ਜਾਂਦੇ ਆ ਕਿਉਂਕਿ ਡਿਟਰੋਇਟ ਸਿਟੀ ਅਸੀਂ ਵੀ ਇੱਕ ਵਾਰ ਵਿਜ਼ਿਟ ਕੀਤੀ ਸੀਗੀ ਬਹੁਤ ਸੋਹਣੀ ਸਿਟੀ ਆ ਬਹੁਤ ਜ਼ਿਆਦਾ ਦੇਖ ਲਓ ਇਹ ਛੋਟਾ ਜਿਹਾ ਸ਼ਹਿਰ ਆ ਹਨਾ ਪਰ ਸੋਹਣਾ ਬਹੁਤ ਜ਼ਿਆਦਾ ਆ ਟੋਰਾਂਟੋ ਜਿੰਨਾ ਸੋਹਣਾ ਬਿਲਡਿੰਗਾਂ ਵਿੱਚ ਕਾਫੀ ਬਹੁਤ ਵੱਡੀਆਂ ਕਾਫੀ ਬਹੁਤ ਵਧੀਆ ਕਾਫੀ 올ਡ ਬਿਲਡਿੰਗ ਵੀ ਹੈਗੀਆਂ ਨੇ ਇੱਥੇ ਲੇਕਿਨ ਤਾਂ ਆਪਣਾ ਡਾਊਨਟਾਊਨ ਨਹੀਂ ਟੋਰਾਂਟੋ ਦਾ ਸੋਹਣਾ ਜਿੰਨਾ ਡਿਟਰੋਇਟ ਦਾ ਵਾਲਾ ਇੱਕ ਬਹੁਤ ਸੋਹਣਾ ਵਾ ਹਾਂ ਤੇ ਉਹ ਜੌਬ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ ਹਨਾ ਵੀ ਜੌਬ ਤੁਸੀਂ USA ਕਰ ਸਕਦੇ ਹੋ ਫਿਰ ਜਿਹੜੀ ਤੁਹਾਡੀ ਸੈਲਰੀ ਆ ਉਹ ਵੀ USA ਦੇ ਵਿੱਚ ਆਊਗੀ ਜਿਹਦਾ ਮਤਲਬ ਕਿ ਤੁਹਾਡੀ ਸੈਲਰੀ ਕਾਫੀ ਜ਼ਿਆਦਾ ਵਧੀਆ ਹੋਗੀ ਬਟ ਤੁਹਾਨੂੰ ਟੈਕਸ ਘੱਟ ਪੇ ਕਰਨਾ ਪਊਗਾ ਪਰ ਤੁਸੀਂ ਰਹਿ ਵਿੰਡਸਰ ਦੇ ਵਿੱਚ ਸਕਦੇ ਹੋ ਜਿੱਥੇ ਤੁਹਾਡੇ ਖਰਚੇ ਘੱਟ ਹੋਣਗੇ ਬਹੁਤ ਸਾਰੇ ਲੋਕ ਇਦਾਂ ਕਰਦੇ ਆ ਪਰ ਤੁਹਾਡੇ ਕੋਲ PR ਤੇ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੋਣੀ ਚਾਹੀਦੀ ਆ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਿੰਡਸਰ ਦੇ ਵਿੱਚ ਜ਼ਿਆਦਾ ਪੰਜਾਬੀ ਰਹਿੰਦੇ ਆ ਕਿ ਨਹੀਂ ਰਹਿੰਦੇ ਐਜ਼ ਕੰਪੇਅਰ ਟੂ ਬ੍ਰੈਂਪਟਨ ਕਿਉਂਕਿ ਪੰਜਾਬੀਆਂ ਦਾ ਤਾਂ ਗੜ ਇੱਥੇ ਹੈ ਨਹੀਂ ਹਾਂ ਇੱਥੇ ਤੁਹਾਨੂੰ ਇੱਥੇ ਕਾਫੀ ਫੈਮਲੀਆਂ ਰਹਿੰਦੀਆਂ ਨੇ ਈਵਨ ਆਲ ਕਿ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਸੋ ਬਹੁਤ ਸਾਰੇ ਲੋਕ ਇੱਥੇ ਹੁਣ ਮੂਵ ਹੋ ਰਹੇ ਆ ਕਿਉਂਕਿ ਪ੍ਰਾਈਜ਼ ਉੱਥੋਂ ਦੇ ਉੱਥੇ ਜ਼ਿਆਦਾ ਪ੍ਰਾਈਜ਼ ਆ ਇੱਥੇ ਪ੍ਰਾਈਜ਼ ਘੱਟ ਆ ਖਰਚੇ ਘੱਟ ਆ ਅਤੇ ਹਰ ਇੱਕ ਦੇ
ਓਪਰਚੁਨਿਟੀਆਂ ਹੈ ਨਾ ਇੱਥੇ ਵੀ ਹੁਣ ਕਾਫੀ ਜ਼ਿਆਦਾ ਨਵੀਆਂ ਜਨਰੇਟ ਹੋ ਰਹੀਆਂ ਨੇ ਹੈ ਨਾ ਜਿੱਥੋਂ ਤੱਕ ਸਾਡਾ ਐਕਸਪੀਰੀਅੰਸ ਆ ਸਾਨੂੰ ਕੰਟੀਨਿਊ ਇੱਥੇ 2-3 ਸਾਲ ਹੋ ਗਏ ਆਉਂਦੇ ਨੂੰ ਹੈ ਨਾ ਕਿਉਂਕਿ ਪਵਨ ਦਾ ਬ੍ਰਦਰ ਇੱਥੇ ਰਹਿੰਦਾ ਇਸ ਕਰਕੇ ਸਾਨੂੰ ਕਾਫੀ ਚੀਜ਼ਾਂ ਬਾਰੇ ਪਤਾ ਇੱਥੋਂ ਦਾ ਹੈ ਨਾ ਉਸ ਦੇ ਬੇਸਿਸ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਮੂਵ ਲੋਕ ਕਾਫੀ ਮੂਵ ਹੋਣ ਲੱਗ ਗਏ ਇੱਧਰ ਕਿਉਂਕਿ ਖਰਚਾ ਘੱਟ ਆ ਲੇਕਿਨ ਜਿਹੜੇ ਟਰੱਕਿੰਗ ਵਗੈਰਾ ਜੋਬ ਕਰਦੇ ਆ ਉਹ ਬਹੁਤ ਇੱਥੇ ਮੂਵ ਹੋਣ ਲੱਗ ਗਏ ਆ ਬਟ ਫਿਰ ਵੀ ਜੇ ਆਪਾਂ ਐਜ਼ ਕੰਪੇਅਰ ਟੂ ਬ੍ਰੈਂਪਟਨ ਕਰੀਏ ਤਾਂ ਹਾਂ ਬ੍ਰੈਂਪਟਨ ਦੇ ਵਿੱਚ ਪੰਜਾਬੀ ਜ਼ਿਆਦਾ ਵਾ ਇੱਥੇ ਪੰਜਾਬੀ ਘੱਟ ਆ ਕਿਉਂਕਿ ਇਹ ਆਲਮੋਸਟ ਗੋਰਿਆਂ ਦੀ ਹੀ ਸਿਟੀ ਆ ਸੋ ਉਹਦੇ ਕੰਪੈਰੇਟਿਵਲੀ ਘੱਟ ਆ ਬਟ ਹਾਂ ਹੁਣ ਕਾਫੀ ਸਾਰੇ ਜਿਹੜੇ ਲੋਕ ਆ ਉਹ ਵੀ ਇੱਥੇ ਮੂਵ ਹੋ ਰਹੇ ਆ ਸੋ ਲਾਸਟ ਚੀਜ਼ ਇਹ ਆ ਗਈ ਕਿ ਇੱਥੇ ਘੁੰਮਣ ਨੂੰ ਕਿੰਨਾ ਕੁ ਕੁਛ ਆ ਹੈ ਨਾ ਘੁੰਮਣ ਨੂੰ ਇੱਕ ਤਾਂ ਇਹ ਮੇਨ ਤਾਂ ਇੱਥੇ ਆਹੀ ਸਪੋਟ ਆ ਕਿਉਂਕਿ ਰਿਵਰ ਸਾਈਡ ਆ ਹੈ ਨਾ ਜਿੱਥੇ ਮੋਸਟਲੀ ਲੋਕ ਆਉਂਦੇ ਨੇ ਘੁੰਮਣ ਫਿਰਨ ਲਈ ਹਾਂ ਇਹਨੂੰ ਰਿਵਰ ਸਾਈਡ ਕਹਿੰਦੇ ਇਹ ਮੇਨ ਵਿਊ ਆ ਇੱਥੋਂ ਦਾ ਅਤੇ ਬਾਕੀ ਆਸੇ ਪਾਸੇ ਵੀ ਹੈਗੇ ਨੇ ਥੋੜ੍ਹੇ ਬਹੁਤ ਬਟ ਉਹ ਇੰਨੇ ਫੇਮਸ ਨਹੀਂ ਹੈਗੇ ਜਿੰਨਾ ਇਹ ਜਗ੍ਹਾ ਫੇਮਸ ਹੈਗੀ ਹੈਗੀ ਸੋ ਜੇ ਕੋਈ ਵੀ ਸੈਲੀਬ੍ਰੇਸ਼ਨ ਹੁੰਦੀ ਜਿਵੇਂ ਕੈਨੇਡਾ ਡੇ ਹੁੰਦਾ ਕੁਛ ਵੀ ਹੁੰਦਾ ਉਹ ਸਾਰੀ ਸੈਲੀਬ੍ਰੇਸ਼ਨ ਇੱਥੇ ਹੀ ਹੁੰਦੀ ਆ ਇੱਕ ਉਹ ਕ੍ਰਾਈਸਲਰ ਦੀ ਵੀ ਕੰਪਨੀ ਹੈਗੀ ਆ ਨਾ ਕ੍ਰਾਈਸਲਰ ਗੱਡੀਆਂ ਤੁਸੀਂ ਸੁਣੀਆਂ ਹੋਣੀਆਂ ਸੋ ਉਹਦੇ ਵਿੱਚ ਵੀ ਤੁਸੀਂ ਵਧੀਆ ਜੋਬ ਲੈ ਸਕਦੇ ਹੋ ਹੈ ਨਾ ਜੇਕਰ ਤੁਹਾਨੂੰ ਇੰਟਰਸਟ ਹੈਗਾ ਇਹ ਨਹੀਂ ਹੈਗਾ ਕਿ ਜੋਬ ਦੀ ਓਪਰਚੁਨਿਟੀ ਇੱਥੇ ਬਿਲਕੁਲ ਵੀ ਹੈ ਨਹੀਂ ਜੋਬ ਦੀ ਓਪਰਚੁਨਿਟੀਆਂ ਵੀ ਇੱਥੇ ਕਾਫੀ ਜ਼ਿਆਦਾ ਹੈਗੀਆਂ ਨੇ ਪਾਰਟ ਟਾਈਮ ਵਗੈਰਾ ਲਈ ਥੋੜਾ ਔਖਾ ਹੁੰਦਾ ਬਟ ਜੇ ਤੁਸੀਂ ਰੱਬੜ ਲੱਗੋ ਤਾਂ ਤੁਹਾਨੂੰ ਲੱਭ ਹੀ ਜਾਂਦੀ ਆ ਸੋ ਇਹ ਸੀਗੀ ਅੱਜ ਦੀ ਵੀਡੀਓ ਜਿਸ ਵਿੱਚ ਤੁਹਾਨੂੰ ਆਪਾਂ ਵਿੰਡਸਰ ਅਤੇ ਬ੍ਰੈਂਪਟਨ ਦੇ ਥੋੜ੍ਹਾ ਜਿਹਾ ਕੰਪੈਰੀਜ਼ਨ ਦਿੱਤਾ ਅਤੇ ਇੱਕ ਲਾਸਟ ਚੀਜ਼ ਹੋਰ ਹੈ ਨਾ ਸੈਂਟ ਕਲੇਅਰ ਕੋਲਜ ਇੱਕ ਜਿਹੜਾ ਮੇਨ ਕੈਂਪਸ ਆ ਉਹ ਤੁਹਾਨੂੰ ਅੱਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਸ ਚੀਜ਼ ਬਾਰੇ ਦੱਸਦੇ ਹਾਂ ਕਿ ਸੈਂਟ ਕਲੇਅਰ ਕੋਲਜ ਅਤੇ ਯੂਨੀਵਰਸਿਟੀ ਬਾਰੇ ਪਰ ਇੱਕ ਇਹਦਾ ਸੈਂਟ ਕਲੇਅਰ ਦਾ ਕੈਂਪਸ ਜਿਹੜਾ ਇੱਥੇ ਡਾਊਨ ਟਾਊਨ ਦੇ ਵਿੱਚ ਵੀ ਹੈਗਾ ਛੋਟਾ ਕੈਂਪਸ ਆ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਅਤੇ ਨੈਕਸਟ ਵੀਡੀਓ ਵੀ ਇਸ ਤੋਂ ਬਾਅਦ ਆਪਾਂ ਪੋਸਟ ਕਰਾਂਗੇ ਜਿਸ ਵਿੱਚ ਤੁਹਾਨੂੰ ਇੱਥੋਂ ਦੀ ਕੋਲਜ ਬਾਰੇ ਯੂਨੀਵਰਸਿਟੀ ਬਾਰੇ ਜੋਬਸ ਬਾਰੇ ਸਾਰਾ ਕੁਝ ਤੁਹਾਡੇ ਨਾਲ ਡਿਸਕਸ ਕਰਾਂਗੇ ਅਤੇ ਉਸ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।